ਅਸੀਂ ਤਾਂ ਟੈਮ ਨਾਲ ਪ੍ਰਸ਼ਾਦਾ ਛਕ ਲੈਂਦੇ ਆ ਜਾਨੀ ਕਿ स्वागत है तुहाडा मम्मी पापा दे गार्डन च। ए कद्दू ने गे दलजीत, ककड़ियां ने, ककड़ियां ने, देखो वैरायटी, मेथी बहुत ही सोहने लगे हुए ने। हाँ की चीज आ मेथे, बैंगनी देखो कितनी ज्यादा लगी हुई, घर दी कोई स्प्रे नहीं, लेना नहीं देना नहीं, ते बड़ा सोहना इन्ना ने किया हुआ उपर। मूलियां भी बीजी हुई ने, अपने सामने खेतों का व्यू, तो शाम का टाइम आप आ गए सी अज मम्मी हुणा कोले सैचरडे। काफ़ी दिनों तो बना रहे सी प्लैन, तो फिर असी अज आ गए फाइनली। ਅਨਮੋਲ ਉਰੇ ਦਾ ਕਾ ਤੇ ਪੇਸਟੀਆਂ ਲੈ ਆਇਆ, ਇਹ ਤੇ ਮੂੰਹ ਚੱਕ ਲਿਆ ਫੇਰ ਮੈਂ ਕਹਿੰਦਾ ਕੋਈ ਚੀਜ਼ ਲਾ ਕੇ। ਇਹਨੂੰ ਦੇਖਿਓ ਕਿਵੇਂ ਆ ਬਾਉਲ ਕਲਰ ਦੀ, ਬਾਅਦ ਖਾਵਾਂਗੇ। ਇੱਥੇ ਰੱਖ, ਬਸ ਉਰੇ ਹੀ ਰੱਖ ਲੈ, ਹੁਣ ਉਰੇ ਹੀ ਰੱਖ ਲੈ, ਖਾਣਾ ਹੀ ਖਾਈਏ ਹੁਣ। ਖੜ ਜਾ, ਭਾਂਡੇ ਲੈ ਕੇ ਆਵਾਂ। ਇਹ ਕੌਣ ਲੈ ਕੇ ਆਇਆ? ਮੈਨੂੰ ਹੈ। फिर तेरी आदत बहुत माड़ी है, तू पहले ही चेरी खा जाना, दूसरे बंदे ने नहीं खानी। बस हुन हुन ना होर नहीं बस ये मम्मा। खौरू पाया अठ बलिए, जट बलिए खापी मार दे मले। ਹੋਰ ਮੰਮੀ ਫਿਰ ਗੱਲਾਂ ਸੁਣਾ ਕੋਈ ਆਪਣੀ, ਗੱਲਾਂ ਸੁਣਾ ਕੋਈ। ਕੀ ਧਰਿਆ ਹੋਇਆ? बंद करो
ਚੱਕ ਲਿਆ ਕਰ ਫਿਰ ਸਿੱਧੂ ਮੂਸੇ ਦੇ ਹੈ ਨੀ ਦੱਬਦੇ ਹੁੰਦੇ ਤਾਂ ਚੱਕ ਲੈਂਦੇ ਆ ਫੱਟੇ ਚੱਕ ਲਿਆ ਅੱਛਾ ਕੁੱਟਣਾ ਮਟੀਰੀਅਲ ਸਾਰਾ ਇਹ ਤਾਂ ਮੈਂ ਕੁੱਟਦਾ ਨਹੀਂ ਜਾਇਓ ਕੁੱਟ ਕੇ ਮੈਂ ਤਿਆਰ ਕਰਕੇ ਰੱਖਦੀ ਹਾਂ ਲੂਣ ਨਾ ਪਾਈ ਵਿੱਚ ਮੈਂ ਲੂਣ ਆਪੇ ਪਾ ਦੂੰਗੀ ਓਕੇ ਇਹ 'ਚ ਕੀ ਮਟੀਰੀਅਲ ਕੀ ਆ ਮੇਥੇ ਆ ਧਨੀਆ ਆਹੋ ਮੇਥੇ ਵੀ ਆ ਧਨੀਆ ਵੀ ਆ ਮੇਥੀ ਵੀ ਆ ਮੇਥੀ ਵੀ ਆ ਓਕੇ ਮੇਥੇ ਵੀ ਮੇਥੇ ਪਾਥੂ ਠੀਕ ਆ ਪਾਥੂ ਤਾਂ ਨਹੀਂ ਠੀਕ ਆ ਚੱਲ ਠੀਕ ਆ ਮੈਂ ਕਰਦੀ ਹਾਂ ਬਸ ਤਿਆਰ ਧਰ ਲਿਆ ਆਪਾਂ ਦੁੱਧ ਆਪਾਂ ਕਰਾਂਗੇ ਤਿਆਰੀ ਮੇਥਿਆਂ ਨੂੰ ਕੁੱਟਣ ਦੀ ਅਤੇ ਅੱਜ ਮੰਮੀ ਦੇ ਹੱਥਾਂ ਦੀਆਂ ਖਾਣੀਆਂ ਨੇ ਰੋਟੀਆਂ ਅਤੇ ਪਹਿਲਾਂ ਆਪਾਂ ਚਲੋ ਇੰਨੀ ਕੁ ਤਿਆਰੀ ਕਰਾ ਦਿੰਦੇ ਹਾਂ ਨਾਲ ਕੁੱਟ ਕੇ ਫਿਰ ਆਪਾਂ ਤੁਹਾਨੂੰ ਅੱਗੇ ਦਾ ਪ੍ਰੋਸੈਸ ਦਿਖਾਉਂਦੇ ਹਾਂ ਵੀ ਕਿਵੇਂ ਆ ਮਾਤਾ ਬਣਾ ਰਹੀ ਆ ਰੋਟੀਆਂ ਮਿੱਠੇ ਵਾਲੇ ਪ੍ਰਸ਼ਾਦੇ ਮਿੱਠੇ ਵਾਲੇ ਲੇਸ ਵਧੀਆ ਹੱਟੀ ਤੇ ਨਾ ਇੱਥੇ ਦੇਖ ਲਾ ਜਮਾਂ ਨਹੀਂ ਟੁੱਟਦੀ ਰੋਟੀ ਵਧੀਆ ਇਹ ਆਪਣੀ ਉਹੀ ਆ ਘਰ ਵਾਲੀ ਮੱਕੀ ਹੋਈ ਆ ਹਨਾ ਆਹੋ ਜਿਹੜੀ ਤੁਸੀਂ ਦਿੱਤੀ ਸੀ ਤੇ ਆ ਗਈ ਰੋਟੀ ਤਵੇ ਤੇ ਚੁੱਲ੍ਹੇ ਹੀ ਆ ਆਪਣੇ ਇੱਥੇ ਸੋਰੀ ਗੈਸ ਹੀ ਆ ਚੁੱਲ੍ਹਾ ਵਗੈਰਾ ਹੈ ਨਹੀਂ ਗਾ ਇੱਥੇ ਤੇ ਆ ਦੇਖੋ ਬਿਲਕੁਲ ਵੀ ਪ੍ਰੋਪਰ ਰੋਟੀ ਬਣੀ ਆ ਕਿਉਂ ਵੀ ਕਰੈਕ ਵਗੈਰਾ ਨਹੀਂ ਹੋਈ ਹੈਗੀ ਅਤੇ ਆਹ ਦੇਖੋ ਆਟਾ ਇਸ ਤਰੀਕੇ ਦੇ ਨਾਲ ਆ ਦੇਖੋ ਇੱਦਾਂ ਪੇੜਾ ਕਰਦੀ ਹੁੰਦੀ ਹੈ ਮੰਮੀ ਅਸੀਂ ਤਾਂ ਟੈਮ ਨਾਲ ਪ੍ਰਸ਼ਾਦਾ ਛਕ ਲੈਂਦੇ ਹਾਂ ਜਾਣੀ ਕਿ 7-8 ਵਜੇ ਮੈਂ ਬਣਾਉਣ ਲੱਗ ਜਾਂਦੀ ਹਾਂ ਅਤੇ 8:30 ਵਜੇ ਅਸੀਂ ਖਾ ਲੈਂਦੇ ਹਾਂ ਅੱਛਾ ਫਿਰ ਮੈਂ ਸਕੂਲ ਜਾਣਾ ਹੁੰਦਾ ਫਿਰ ਪਾਪੇ ਨੇ ਮੰਡੀ ਜਾਣਾ ਹੁੰਦਾ ਓਕੇ ਬੱਚੇ ਜਦੋਂ ਆਏ ਹੁੰਦੇ ਨੇ ਫਿਰ ਸਾਡਾ ਥੋੜਾ ਜਿਹਾ ਫਿਰ ਕੰਮ ਲੇਟ ਹੋ ਜਾਂਦਾ ਕੁਛ ਅੱਜ ਹੈ ਵੀ ਸੰਡੇ ਆ ਨਾ ਵੀ ਉਹਦੇ ਕਰਕੇ ਸਾਡੇ ਫਿਰ ਜਾਣੀ ਦੀ ਪ੍ਰਸ਼ਾਦੇ ਲੇਟ ਹੋ ਜਾਂਦੇ ਨੇ ਨਹੀਂ ਤਾਂ ਅਸੀਂ ਆਪਦਾ ਟਾਈਮ ਸਿਰੇ ਸਾਰਾ ਕੰਮ ਕਰ ਲੈਂਦੇ ਆ ਝਾੜੂ ਵਗੈਰਾ ਅੱਜ ਮੈਂ ਲਾਤਾ ਪੁੱਛੇ ਪੁੱਛੇ ਰਹਿੰਦੇ ਨੇ ਹਜੇ ਤੇ ਆਪਾਂ ਬਣਾ ਰਹੇ ਸੀ ਚਾਹ ਤੇ ਇੱਧਰ ਆ ਨਾ ਮਸਾਲਾ ਮੰਮੀ ਹੁਣ ਉਹਦਾ ਪੀਸ ਕੇ ਹੀ ਰੱਖਿਆ ਹੋਇਆ ਇਹਦੇ ਵਿੱਚ ਪਾਇਆ ਸਾਡਾ ਇਹ ਤੇ ਸਮੈਲ ਕਮਾਲ ਦੀ ਆ ਕਮਾਲ ਦੀ ਸਮੈਲ ਆ ਚਾਹ ਕੱਲ੍ਹ ਜਦ ਮੇਰਾ ਪੀਣ ਦਾ ਮਨ ਨਹੀਂ ਸੀਗਾ ਤੇ ਜਦ ਮੈਂ ਸਮੈਲ ਲਈ ਨਾ ਚਾਹ ਦੀ ਆ ਦੇਖ ਪਹਿਲਾਂ ਆਪਾਂ ਮਸਾਲਾ ਪਾ ਲਿਆ ਅਤੇ ਇਹਨੂੰ ਪਹਿਲਾਂ ਰਝਾ ਲੈਣਾ ਵਾਗਾ ਅਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਪਣੀ ਚਾਹ ਪੱਤੀ ਅਤੇ ਉੱਧਰ ਇੱਕ ਪਾਸੇ ਬਣ ਰਹੀ ਆ ਰੋਟੀ ਅਤੇ ਦੂਸਰੇ ਪਾਸੇ ਭਰੀ ਹੋਈ ਆਪਣੀ ਚਾਹ ਅਤੇ ਗਰਮਾ ਗਰਮ ਰੋਟੀ ਅਤੇ ਗਰਮਾ ਗਰਮ ਚਾਹ ਕਿਆ ਬਾਤ ਆ ਅੱਛਾ ਉਹ ਤਾਂ ਸ਼ਾਰਟ ਵੀਡੀਓ ਨੇ ਉਹ ਵੀ ਮੈਂ ਹੀ ਪਾਉਂਦੀ ਹੁੰਦੀ ਹਾਂ ਸ਼ਾਰਟ ਵੀਡੀਓ ਲਈ ਕੁੜੀਆਂ ਮੈਂ ਕਿੱਥੋਂ ਲੈ ਕੇ ਆਉਂਦੀ ਹਾਂ ਆਪਣੀਆਂ ਦੇਸੀ ਸਟਾਈਲ ਮੰਮੀਆਂ ਪਰ ਸਾਨੂੰ ਜਿਹੜਾ ਇੰਗਲਿਸ਼ ਬੋਲਣੀ ਆਉਂਦੀ ਹੈ ਭਾਈ ਮੰਮੀ ਕਹਿੰਦੀ ਵੀ ਜਿਹੜੀ ਆ ਤੂੰ ਸ਼ਾਰਟ ਵੀਡੀਓ ਬਣਾਉਂਦੀ ਹੁੰਦੀ ਆ ਵੀ ਉਹਦੇ ਵਾਸਤੇ ਕੁੜੀਆਂ ਕਿੱਥੋਂ ਲੈ ਕੇ ਆਉਂਦੀ ਰੱਬਾ ਦਾ ਦੇਖੋ ਚਾਹ ਆਪਣੀ ਬਣ ਗਈ ਵਾਲਾ ਆਉਣ ਦੋ ਮਿੱਠਾ ਫੇਰ ਪਾਵਾਂਗੇ ਆ ਕੀ ਦੀ ਫੋਟੋ ਦਿਖਾਈ ਅੱਛਾ ਲੈ ਕਿਹੜੇ ਮਾਮੂ ਦੀ ਆ ਕੀ ਕਹੇਗਾ
ਹੁਣ ਕਦੇ ਲੋਕ ਲਓ ਬਈ ਰੋਟੀ ਖਾਓ ਬੜੀ ਵਧੀਆ ਲੱਗੀ ਆ ਮੇਥੇ ਵਾਲੀ ਦੇਸੀ ਘਿਓ